ਦਵਾਈ ਕਾਹਦੇ ਲਈ ਫੜੀ ਫਿਰਦੇ ਤੁਸੀਂ? ਦਵਾਈ ਅਸੀਂ ਪੀ ਕੇ ਆਪਣਾ ਆਪ ਭੁੱਖ ਲੈਣਾ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਸਾਡੀ ਭੋਰਾ ਜਿੰਨੀ ਬੱਚੀ ਹੈ, 11-12 ਸਾਲ ਦੀ ਬੱਚੀ, ਇਹਦੇ ਨਾਲ ਟੋਰਚਰ ਕਰਦੇ ਆਉਂਦੀ ਜਾਂਦੀ ਨਾ। ਜਿੱਦਣ ਘਰ ਟੋਰਚਰ ਕੀਤਾ, ਉਦਣ ਜਾ ਕੇ ਹੱਥ ਪੱਲਾ ਜੋੜ ਕੇ ਆਈ ਹਾਂ ਵੀ ਇਸ ਤਰ੍ਹਾਂ ਨਾ ਕਰੋ, ਆਪਣਾ ਰਿਸ਼ਤੇਦਾਰੀ ਦਾ ਮਾਮਲਾ ਹੈ। ਕਿੱਥੋਂ? ਗੁਆਂਢ ਚ ਰਹਿੰਦਾ ਮੁੰਡਾ? ਗੁਆਂਢ ਚ ਰਹਿੰਦਾ, ਗੁਆਂਢੀ ਆ। ਕੁੜੀ ਦੀ ਉਮਰ ਕਿੰਨੀ ਹੈ? ਕੁੜੀ ਦੀ 11-12 ਸਾਲ ਉਮਰ ਹੈ। ਜਿਹੜੀ ਆ ਦਵਾਈ ਫੜੀ ਫਿਰਦੇ, ਇਹ ਕਦੇ ਲਈ ਫੜੀ ਫਿਰਦੇ? ਇਹ ਵੀਰ ਜੀ ਮਤਲਬ ਜੇ ਸਾਡੀ ਪ੍ਰਸ਼ਾਸਨ ਨੇ ਕੋਈ ਸਾਡੀ ਸੁਣਵਾਈ ਨਾ ਕੀਤੀ ਤੇ ਵੀਰ ਜੀ ਫਿਰ ਅਸੀਂ ਦਵਾਈ ਪੀ ਕੇ ਮਰ ਜਾਣਾ, ਤੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਵੀਰ ਜੀ। ਹੁਣ ਮੈਂ ਝਾੜੂ ਲਾਉਂਦੀ ਪਈ ਸੀ ਇਕੱਲੀ ਘਰੇ, ਮੇਰਾ ਵੀਰ ਤੇ ਮੇਰੀ ਭਾਬੀ ਗਏ ਸੀ ਉੱਥੇ ਸਹੁਰੇ ਆਤੇ, ਤੇ ਮੈਨੂੰ ਕਹਿੰਦਾ ਵੀ ਆ। ਜਿਹੜਾ ਜੋਗਾ ਸਿੰਘ ਤੁਹਾਡਾ ਕੀ ਲੱਗਦਾ ਮੁੰਡਾ ਜੀ, ਜਿਹੜਾ ਉੱਥੇ ਦੋਸ਼ ਲੱਗਾ ਕਿ ਕੁੜੀ ਨਾਲ ਛੇੜਛਾੜ ਕੀਤੀ, ਕੀ ਮਾਮਲਾ ਸਰ? ਇੱਕ ਜਿਹੜਾ ਕੁੜੀ ਦਾ ਤੇਰੇ ਤੇ ਛੇੜਛਾੜ ਦਾ ਦੋਸ਼ ਲੱਗਣ ਦਾ ਕੀ ਮਸਲਾ ਸਰ? ਭਾਈ ਇਹਦੇ ਭਰਾ ਨਾਲ ਥੋੜੀ ਲੜਦਾ ਸੀ ਮੇਰੀ, ਤੇ ਇਹਨਾਂ ਨਾਂ ਲਾਇਆ ਤੇ ਝੂਠਾ ਲਾਇਆ। ਅੱਛਾ। ਤੇ ਇਹ ਪਰਚਾ ਜਿਹੜਾ ਕਰਾਇਆ ਨਾ ਝੂਠਾ ਹੀ ਕਰਾਇਆ, ਸਾਰੇ ਬਿਆਨ ਇਹਨਾਂ ਝੂਠੇ ਦਿੱਤੇ। ਖੇਮਖਨ ਵਿਖੇ ਬੀਤੇ ਦਿਨੀ ਇੱਕ 12 ਸਾਲਾ ਲੜਕੀ ਦੇ ਪਰਿਵਾਰ ਵੱਲੋਂ ਗੁਆਂਢ ਵਿੱਚ ਰਹਿੰਦੇ ਜੋਗਾ ਸਿੰਘ ਤੇ ਗੰਭੀਰ ਦੋਸ਼ ਲਗਾਏ ਗਏ ਸਨ ਕਿ ਜੋਗਾ ਸਿੰਘ ਉਹਨਾਂ ਦੀ ਲੜਕੀ ਨਾਲ ਛੇੜਛਾੜ ਕਰਦਾ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਦਵਾਈ ਪੀ ਕੇ ਮਰਨ ਦੀ ਚੇਤਾਵਨੀ ਦਿੱਤੀ ਸੀ ਅਤੇ ਬਾਅਦ ਵਿੱਚ ਖੇਮਖਨ ਪੁਲਿਸ ਨੇ 3 ਵਿਅਕਤੀਆਂ ਤੇ ਮਾਮਲਾ ਦਰਜ ਵੀ ਕੀਤਾ ਸੀ ਤੇ ਹੁਣ ਇਸੇ ਤਰ੍ਹਾਂ ਹੀ ਜੋਗਾ ਸਿੰਘ ਦਾ ਪਰਿਵਾਰ ਆਪਣੇ ਤੇ ਹੋਈ ਨਾ ਇਨਸਾਫ਼ੀ ਨੂੰ ਲੈ ਕੇ ਅਤੇ ਉਹਨਾਂ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ SSP ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਤੇ ਹੋਏ ਇਸ ਝੂਠੇ ਪਰਚੇ ਨੂੰ ਇਨਕੁਆਇਰੀ ਕਰਕੇ ਰੱਦ ਨਾ ਕੀਤਾ ਗਿਆ ਤਾਂ ਉਹਨਾਂ ਦਾ ਸਾਰਾ ਪਰਿਵਾਰ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਵੇਗਾ। ਜੀ ਤੁਹਾਡਾ? ਮੇਰਾ ਨਾਮ ਭਾਜੀ ਮਨਜੀਤ ਕੌਰ ਹੈ। ਇਹ ਦਵਾਈ ਕਾਹਦੇ ਲਈ ਫੜੀ ਫਿਰਦੇ ਤੁਸੀਂ? ਦਵਾਈ ਅਸੀਂ ਪੀ ਕੇ ਆਪਣਾ ਭੁੱਖ ਲੈਣਾ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਸਾਡੀ ਭੋਰਾ ਜਿੰਨੀ ਬੱਚੀ ਹੈ, 11-12 ਸਾਲ ਦੀ ਬੱਚੀ, ਇਹਦੇ ਨਾਲ ਟੋਰਚਰ ਕਰਦੇ ਆਉਂਦੀ ਜਾਂਦੀ ਨਾ। ਜਿੱਦਣ ਘਰ ਟੋਰਚਰ ਕੀਤਾ, ਉਦਣ ਜਾ ਕੇ ਹੱਥ ਪੱਲਾ ਜੋੜ ਕੇ ਆਈ ਹਾਂ ਵੀ ਇਸ ਤਰ੍ਹਾਂ ਨਾ ਕਰੋ, ਆਪਣਾ ਰਿਸ਼ਤੇਦਾਰੀ ਦਾ ਮਾਮਲਾ ਹੈ। ਕਿੱਥੋਂ? ਗੁਆਂਢ ਚ ਰਹਿੰਦਾ ਮੁੰਡਾ? ਗੁਆਂਢ ਚ ਰਹਿੰਦਾ, ਗੁਆਂਢੀ ਆ। ਕੁੜੀ ਦੀ ਉਮਰ ਕਿੰਨੀ ਹੈ? ਕੁੜੀ ਦੀ 11-12 ਸਾਲ ਉਮਰ ਹੈ। ਕੋਈ ਇਸ ਸਬੰਧੀ ਦਰਖਾਸਤ ਦਿੱਤੀ? ਕੋਈ ਦਰਖਾਸਤਾਂ ਬਥੇਰੀਆਂ ਦਿੱਤੀਆਂ ਸਾਡੀ ਭਾਜੀ, ਕੋਈ ਸੁਣਾਈ ਨਹੀਂ ਹੋ ਰਹੀ। ਅਸੀਂ ਹੁਣ ਦਵਾਈ ਪੀ ਲੈਣੀ ਸਾਰੇ ਪਰਿਵਾਰ ਨੇ, ਪਰਿਵਾਰ ਸਮੇਤ ਹੀ ਅਸੀਂ, ਨਾ ਸਾਡੀ ਸੁਣਾਈ ਹੋ ਰਹੀ ਆ, ਨਾ ਕੋਈ ਕਾਰਵਾਈ ਹੋ ਰਹੀ ਆ। ਅਸੀਂ ਦੋ ਥਾਵਾਂ ਤੇ ਗਏ ਆ, ਇੱਥੋਂ ਖੇਮਕਰਨ ਵਾਲੇ ਥਾਣੇ ਚ ਵੀ ਗਏ ਆ, ਇੱਥੇ ਵੀ ਕੋਈ ਸੁਣਾਈ ਨਹੀਂ ਹੋਈ। SSP ਦਫ਼ਤਰ ਵੀ ਗਏ, ਸਾਡੀ ਕੋਈ ਸੁਣਾਈ ਨਹੀਂ ਹੁੰਦੀ। ਉਹਨਾਂ ਨੂੰ ਪੈਸੇ ਦਾ ਘਮੰਡ ਆ, ਸਾਡੇ ਕੋਲ ਪੈਸਾ ਨਹੀਂ ਹੈਗਾ, ਅਸੀਂ ਪੈਸਾ ਲਾਉਣ ਜੋਗੇ ਨਹੀਂ ਗੇ। ਇੱਕ ਸਾਡੀ ਭੋਰਾ ਜਿੰਨੀ ਬੱਚੀ ਦੀ ਛੇੜਛਾੜ ਕੀਤੀ ਆ, ਦੂਜਾ ਸਾਡੇ ਬੱਚੇ ਨੇ ਸੱਟ ਲਾ ਦਿੱਤੀ ਆ, ਸੱਟ ਵੀ ਜਬਰਨ ਲਾਤੀ ਆ, ਇਹਦੀ ਕੋਈ ਕਾਰਵਾਈ ਨਹੀਂ ਹੋਣ ਰਹੀ। ਸੱਟ ਕਾਹਤੋਂ ਲਾਈ? ਸੱਟ ਲਾਤੀ ਇਹਨੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਬੱਚੇ ਨੇ, ਕੁੜੀ ਕਰਕੇ ਵੀ ਮੇਰੀ ਭੈਣ ਨਾਲ ਤੁਸੀਂ ਛੇੜਛਾੜ ਕਰਦੇ ਜੇ, ਕਿਉਂ ਕਰਦੇ ਜੇ, ਆਪਣਾ ਰਿਸ਼ਤੇਦਾਰੀ ਦਾ ਮਾਮਲਾ। ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ 4 ਜਣੇ ਨੇ ਸੱਟਾਂ ਲਾਤੀਆਂ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਆ ਵੀ ਸਾਡੀ ਸੁਣਵਾਈ ਹੋ ਜਾਵੇ, ਸਾਨੂੰ ਇਹਦਾ ਇਨਸਾਫ ਮਿਲੇ। ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਸਾਰੇ ਪਰਿਵਾਰ ਨੇ ਸਮੇਤ ਪਰਿਵਾਰ ਆ ਦਵਾਈ ਪੀ ਲੈਣੀ, ਸਮੇਤ ਪਰਿਵਾਰ ਪੀਵਾਂਗੇ। ਸਾਡੇ ਕੋਲ ਪੈਸਾ ਨਹੀਂ ਹੈਗਾ, ਅਸੀਂ ਪੈਸਾ ਲਾਉਣ ਜੋਗੇ ਨਹੀਂ ਹੈਗੇ। ਸਾਡੀ ਭੋਰਾ ਜਿੰਨੀ ਬੱਚੀ ਨਾਲ ਧੱਕਾ ਹੋਇਆ, ਜਬਰਦਸਤੀ ਹੋਈ ਆ, ਕੱਲੀ ਬੱਚੀ ਘਰੇ ਸੀ, ਕੱਲੀ ਬੱਚੀ ਨਾਲ ਇਹਨਾਂ ਨੇ ਜਬਰਦਸਤੀ ਕੀਤੀ ਆ। ਕਿਨਾਂ ਕਾਕੇ ਤਰਾ? ਸੁਮਨਦੀਪ ਕੌਰ। ਕਿਹੜੀ ਕਲਾਸ ਚ ਪੜ੍ਹਦੀ? 5ਵੀਂ ਕਲਾਸ ਚ। ਕੀ ਗੱਲ ਹੋਈ? ਮੈਂ ਸਕੂਲ ਜਾਂਦੀ, ਮੇਰਾ ਰਾਹ ਰੋਕਦਾ ਸੀ, ਮੇਰਾ ਹੱਥ ਉਸ ਫੜਦਾ ਸੀ ਰਾਹ ਵਿੱਚ। ਕੌਣ ਹੈ? ਜੋਗਾ। ਅੱਛਾ, ਹੁਣ ਕੀ ਗੱਲ ਹੋਈ? ਹੁਣ ਮੈਂ ਝਾੜੂ ਲਾਉਂਦੀ ਪਈ ਸੀ ਇਕੱਲੀ ਘਰੇ, ਮੇਰਾ ਵੀਰ ਤੇ ਮੇਰੀ ਭਾਬੀ ਗਏ ਸੀ ਉੱਥੇ ਸਹੁਰੇ ਆਤੇ, ਤੇ ਮੈਨੂੰ ਕਹਿੰਦਾ ਵੀ ਆ, ਤੇ ਮੈਂ ਕਿਹਾ ਮੈਂ ਨੀ ਆਉਣਾ, ਮੇਰੇ ਘਰੇ ਕੋਈ ਨੀ ਹੈਗਾ। ਤੇ ਬਾਅਦ ਚ ਉਹਨੇ ਮੇਰੇ ਰੋੜਾ ਮਾਰਿਆ। ਅੱਛਾ, ਕੋਈ ਇਸ ਸਬੰਧੀ ਦਰਖਾਸਤ ਦਿੱਤੀ? ਹਾਂਜੀ ਦਿੱਤੀ। ਕਿਆ ਦਵਾਈ ਕਾਹਤੋਂ ਫੜੀ ਫਿਰਦੇ? ਦਵਾਈ ਅਸੀਂ ਸਾਰਿਆਂ ਨੇ ਪੀ ਲੈਣੀ ਜੇ ਸਾਡੀ ਨਾ ਸੁਣਵਾਈ ਹੋਈ। ਸੱਟ ਕਿਹਦੇ ਲੱਗੀ? ਸੱਟ ਮੇਰੇ ਭਰਾ ਦੀ। ਕਾਹਤੋਂ? ਇਹਨਾਂ ਮਾਰਿਆ ਕੁੱਟਿਆ। ਕਾਹਦੀ ਗੱਲੋਂ ਮਾਰਿਆ? ਮੇਰੇ ਵੀਰ ਰੋਕਦਾ ਸੀ ਤੇ ਕਹਿੰਦੇ ਵੀ ਮਾਰਿਆ ਕੁੱਟਿਆ, ਬਾਅਦ ਚ ਮੇਰੇ ਵੀਰ ਤੋਂ ਕੁੱਟ ਮਾਰ ਕੀਤੀ। ਕੀ ਮੰਗ ਕਰਦੇ? ਅਸੀਂ ਕਹਿੰਦੇ ਵੀ ਇਹ ਸਾਰੇ ਪਰਚਾ ਹੋ ਜਾਵੇ ਨਾ, 4 ਜਾਣੇ। ਵੀਰ ਆਪਣਾ? ਵੀਰ ਜੀ ਮੇਰਾ ਨਾਮ ਗੁਰਵੇਲ ਸਿੰਘ। ਕੀ ਮਸਲਾ ਸਰ? ਵੀਰ ਜੀ ਮਤਲਬ ਮੇਰੀ ਭੈਣ ਹੈ ਛੋਟੀ, 12 ਸਾਲ ਦੀ, ਵੀਰ ਜੀ ਉਹ ਸਕੂਲੇ ਜਾਂਦੀ ਆ,
कुछ देर पहला मान लो भी गवांडी उन्होंने मतलब मेरी भैन छेड़छाड़ की मतलब उन्हें घरे पहला आके दसा भी मम्मी उन्होंने को नहीं उदो गल की मम्मी उन्होंने मतलब समझाया इन्हों तुम इदा ना करो तुम साढ़े गवांडी जी फिर मान लो भीर जी ओर गल रही बाद चो भीर जी 28 तरीक की गल है उधर भीर जी मतलब फिर मेरी भैन उन्हें मतलब जबरदस्ती आवाज दी मेरी भैन ने सुनी करती भी उन्हें कहा भी वे मतलब जोगे जरा मतलब मुंडा वा उन्हें कहा भी जोगे इदा ना कर तेन अगे भी मेरी मम्मी ने मना किया भी इदा तू मेन ना छेड़िया कर इन्हें गल नहीं सुनी मेरी भैन ने तो उदो बाद भीर जी उन्हें मेरी भैन के मुंह से रोड़ा मार करता भी बदो बदी मेरी गल सुन भीर जी उन्हें मतलब भी इन बदो बदी खिंचन की कोशिश की उदो बाद भीर जी मतलब मेरा छोटा ब्रदर वह आ गया बाकी मैं जी घटना पहला वापरी मैं बाद चो आया भीर जी मैं सहरे गया मैं वाइफ के नैके दवाई फड़ी फिर कदली फड़ी फिर भीर जी मतलब जे सा प्रशासन ने कोई साड़ी सुनवाई ना की भीर जी फिर अं दवाई पी के मर जाना जिम्मेवार प्रशासन होगा भीर जी दरखास्त कित दी दरखास्त भीर जी अथे थाने भी लिखाया हो अच्छा एस एस पी दफ्तर भीर जी गए भीर जी अज तक कोई कारवाई नहीं हुई विरोधी धिर भीर जी मतलब उन्होंने मतलब पैसा धेरा दे के अभी सुनवाई करा रहे हो भीर जी अहम मातल बंदे अं गरीब बंदे भीर जी साडे तो मतलब भी कोई पैसा धेरा नहीं है तो साड़ी भीर जी कोई सुनवाई नहीं हो रही सर एक बीते दिन इतने पिंड झगड़ा होया गुरप्रीत सिंह दे सट्टा लग्या सी अज उहदी माता मनजीत कौर ने जहरीली दवाई फड़ी हाथ च कहिंदी कि मेरी कोई सुनवाई नहीं हो रही जे ना होई तां मैं कुछ खा के मर जांगी की पुलिस वालों की कारवाई की गई सर जी ਕਹਿੰਦੇ ਕਿ 86 ਦਬਾਅ ਕਰਕੇ ਪੁਲਿਸ ਸਾਡੀ ਕੋਈ ਵੀ ਸੁਣਵਾਈ ਨਹੀਂ ਕਰਦੀ ਪਈ ਕੋਈ ਐਸਾ ਮਾਮਲਾ ਕਾਰਵਾਈ ਹੋ ਰਹੀ ਹੈ ਬਿਲਕੁਲ ਬਿਲਕੁਲ ਕਾਰਵਾਈ ਜੋ ਮੁਤਾਬਕ ਹੋ ਰਹੀ ਹੈ ਕਹਿੰਦੇ ਕਿ ਜਿਹੜਾ ਜੋਗਾ ਸਿੰਘ ਹੈ ਜਿਹੜਾ ਉਹਨਾਂ ਦੀ ਲੜਕੀ ਨੂੰ ਛੇੜਦਾ ਸੀਗਾ 12 ਸਾਲ ਦੀ ਨੂੰ ਉਹਨੇ ਆਪਦੇ ਜਾਲੀ ਸੱਟ ਬਣਾ ਕੇ ਤੇ ਉਹ ਦਾਖਲ ਹੋਇਆ ਹੈ रात लामा दे गई मुंडे पवा दिते नजाए कुट के मुंडे सट्टा सुट्टा ला के कुट कत्या सारा जी भार पाता हुण की मांग करदे प्रशासन तो राजीनामा परचा भी जरा रद्द हो जाए सच हो जाए जरा भी एक जेड़ा कुड़ी दा तेरे छेड़छाड़ दा दोष लगन दा की मसला सारा भाई इहदे भरा नाल थोड़ी लगड़ाली मेरी ते इना ना लाया ते झूठा लाया अच्छा ते इह परचा जेड़ा कराया ना झूठा ही कराया सारे बयान इना झूठे दित्ते है नहीं जेड़े कुड़ी दी छेड़छाड़ सी तू को कीती छेड़छाड़ कुड़ी नूं नहीं भाई मैं नहीं कीती मुंडे नाल ही लगड़ाड़ सी तेरी मुंडे नाल लगड़ाड़ी भाई ते परचा उहना इसे बहुत ही कराता छेड़छाड़ दा बणा के हां जी हां जी की मांग कर दे भाई जेड़ा परचा ना कीता इंक्वायरी कीता जावे ते रद्द कीता जावे ते सारे सामने सच्चाई आई जावे इना भाई तुहाडे कृष्ण कुमार की मसला सारा जी जेड़ा मुंडे दा मुंडिया बड़िया दा झड़ाई झगड़ा जी कोई गल बात नहीं कोई गांड मत्था आपस रिश्तेदारी
ਮੁੰਡੇ ਮੁੰਡੇ ਲੜੇ ਦੇ ਕੁੜੀ ਦਾ ਭਾਨਾ ਬਣਾ ਕੇ ਬਹਿ ਗਈ ਆ ਗੱਲਬਾਤ ਆਪੇ ਸੱਟਾਂ ਦਾ ਆਪੇ ਸਿਗਰਟ ਲੈ ਲਿਆ ਉਹਨਾਂ ਨੇ ਰੌਲਾ ਪਾਇਆ ਕਿ ਸਾਡੀ ਕੁੜੀ ਨਾਲ ਛੇੜ ਛਾੜ ਸਾਰੇ ਸ਼ਹਿਰ ਚ ਇਨਕੁਆਇਰੀ ਕਰ ਲਓ ਪਤਾ ਕਰ ਲਓ ਤੇ ਇਹਨਾਂ ਜਾਣ ਕੇ ਧੱਕਾ ਕਰੀ ਜਾਂਦੀ ਹੈ ਰਿਸ਼ਤੇਦਾਰੀ ਦਾ ਮਾਂ ਆਪ ਰਿਸ਼ਤੇਦਾਰ ਤੇ ਹੈਗੇ ਨੇ ਲੜਾਈ ਝਗੜਾ ਮੁੰਡਿਆਂ ਮੁੰਡਿਆਂ ਦਾ ਆਪਸ ਹੈਗਾ ਤੇ ਕੁੜੀ ਦਾ ਮੁੰਡੇ ਵਿੱਚ ਨਾਂ ਰੱਖ ਕੇ ਬਹਿ ਗਈ ਬਿਨਾਂ ਵਜ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਇਹੋ ਮੰਗ ਇਨਕੁਆਇਰੀ ਕੀਤੀ ਜਾਵੇ ਜੋ ਸੱਚਾਈ ਸਾਹਮਣੇ ਸਾਰਾ ਦਿਨ ਲਿਆਂਦੀ ਜਾਵੇ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ